اللهم اكفر لي ولشيخ حجتي وسلم صلواتك عليه وعلى آبائه في هذه الساعة وفي كل ساعة ولي وحافظ وقاعد وناصر ودليل وعين حتى تسكنه ورزقته وتمتعه فيها طويلا يا رب محمد وآل محمد صل على محمد وآل محمد وعجل فرج آل محمد يا الله بحق محمد وآل محمد سب ازاد رضا اس مقام پہ بلکہ ذکر شرکت کرنا عبادت شمار بانیان نے یہ سعی و محنت کے پوری بھی چاہیے مولا اپنی بارگاہ اتنا قبول مقبول مولا سب دی حاضری بارویں حجت دی بارگاہ منظور مقبول بانیان دیا جملہ پریشانیاں دور فرما حاضرین چوں جو بیمار ہیں صدقہ بیماری کربلا دا شفا کلی عطا فرما یا من یقبل الیسیر و یعفو عن الکثیر رب صلی علی محمد و آل محمد بلند صلوات ماشاء اللہ Are you?
يوم خندق أفضل من عبادة الثقلين. بسم الله الرحمن الرحيم. ولنبلونكم بشيء من الخوف والجوع ونقص من الأموال والأنفس والثمرات وبشر الصابرين الذين إذا أصابتهم مصيبة ਜਿਹੜੇ ਦੂਰ ਦੂਰ ਤੋਂ ਅਲੀ ਅਕਬਰ ਦੀ ਆਜ਼ਾਨ ਸੁਣਨ ਵਾਸਤੇ ਆਏ ਨੇ ਉਹ ਆਪਣੀ ਅੱਖਾਂ ਨੂੰ ਦਾਵਤ ਦੇ ਸਾਹਿਬ ਪੜ੍ਹੇ ਅਤੇ ਇਹ ਜਿਹੜਾ ਟਾਈਮ ਹੈ ਨਾ ਅੱਧੀ ਰਾਤ ਦਾ ਮੈਂ ਆਪਣੇ ਮਸਾਹਿਬ ਦਾ ਆਗਾਜ਼ ਇੱਥੋਂ ਗੌਰ ਕਰ ਰਿਹਾ ਫਿਰ ਮੈਂ ਆਉਣਾ ਆਸਾਨ ਮੁਮਕਿਨ ਹੈ ਆਸੂ ਵਿੱਚ ਇਜ਼ਾਫਾ ਹੋਵੇਗਾ وَإِنَّا إِلَيْهِ رَاجِعُونَ وَأَرْحَلْ رَاتُ پَئِئِ هُنَا سَمْ پَاكَ چِنَا مَنِ تِي مَأْسُونَ ਸੁਨੀਆ ਚੁੰਮਦਾ ਬੈਠਾ ਹੈ ਅਲੀ ਦੀ ਧੀ ਨੇ ਆਪਣੇ ਫੇਰਾ ਨਾਲ ਇੱਕ ਗੱਲ ਕੀਤੀ ਹੈ ਫੇਰ ਨੇ ਫੇਰਾ ਨਾਲ ਜਿਹੜੀ ਗੱਲ ਕੀਤੀ ਉਹ ਸੁਣ ਕੇ ਜੀ ਭਰ ਕੇ ਰੋਏ ਬੀਬੀਆ ਤੇਰੀ ਮਕਤਲ ਕਹੋ ਵਿੱਚ
ਜੋ ਉਹ ਗਈ ਹਾਮੀ ਵੋ ਵਨ ਡਿੱਠੀ ਹੈ ਮੁਕਤਾਲ ਦੀ ਜਾਏ ਉਹ ਮਤਾ ਕੋਈ ਸੰਗਰੇ ਜਾਏ ਉਹ ਬਾਕੀ ਹੋਵੇ ਨਾ ਵੀਰਤ ਸਖਾਮ ਦੁਖਾਏ ਉਹ ਪਰ ਵਿੱਚ ਮਾ ਸਹਾਰਾ ਮੈਂ ਕੋਆ ਦੀ ਕਰ ਸਾਫ ਨੀਤੀ ਮਜਾ ਬਚਣੇ ਦੀ ਤੋਂ ਵਾਲ ਵਨ ਖੇਮੇ ਗਾਏ ਆਜ਼ਾਦਾਰੋ ਜਿਸ ਵੇਲੇ ਖਿਆਮ ਦੇ ਵਿੱਚ ਇਹ ਸੁਣੀਆਂ ਇੱਕ ਕੱਲ ਸਾਰਿਆਂ ਮਾਰਿਆ ਬੁਲਣੇ ਜਿਸ ਵੇਲੇ ਇਹ ਖਬਰ ਮਿਲੀ ਹੈ ਕਿ ਕੱਲ ਅੱਬਾਸ ਮਾਰਿਆ ਬੁਲਣੇ ਹਰ ਮਸਤੂਰ ਨੂੰ ਫਿਕਰ ਹੋ ਗਈ ਹੈ ਕਿ ਕੱਲ ਕੇ ਬਣਸੀ ਕੱਲ ਕੇ ਬਣਸੀ ਕੱਲ ਕੇ ਬਣਸੀ ਸਾਰੀਆਂ ਬੀਬੀਆਂ ਅਲੀ ਦੀ ਧੀ ਕੋਲ ਆਏ ਦੇ ਕੇ ਆ ਦਿਨ ਸੈਣ ਮਦੀਨੇ ਚੋਂ ਡਡਾ ਟੁਰਨ ਲੱਗਿਆ ਸੀ ਤੁਸਾਂ ਫਰਮਾਇਆ ਕੋਈ ਗੱਲ ਨਹੀਂ ਮੈਂ ਤੁਹਾਡੇ ਪਰਦਿਆਂ ਦੀ ਸਾਮਿਨਾ ਮੇਰਾ ਅੱਬਾਸ ਹੁਣ ਅਸਾਂ ਸੁਣਿਆ ਕਿ ਕੱਲ ਅੱਬਾਸ ਮਾਰੇ ਅਵਜਣਾ ਅੱਬਾਸ ਤੋਂ ਬਾਅਦ ਸਾਡਾ ਕੇ ਬਣ ਸੀ ਅਲੀ ਦੀ ਧੀਆ ਦੀ ਅੰਮਾ ਫਿਜ਼ਾ ਵਨ ਅੱਬਾਸ ਨੂੰ ਸੜ ਗਏ ਨਾ ਕੱਲ ਸਾਡਾ ਕੇ ਬਣ ਸੀ ਸਾਨੂੰ ਦੱਸੇ ਦੱਸਈ ਅੱਬਾਸ ਜਨਾਬ ਖਿਆਮ ਦੇ ਵਿੱਚ ਆਏ ਅਲੀ ਦੀ ਧੀਆ ਦੀ ਅੱਬਾਸ ਹਰ ਪਰਦਾਦਾਰ ਪਰੇਸ਼ਾਨ ਹੈ ਹਰ ਪਰਦਾਦਾਰ ਪਰੇਸ਼ਾਨ ਹੈ ਕਈ ਕੁਟੁਰਨ ਦਾ ਡਾ ਨਹੀਂ ਆਂਦਾ ਸਾਰੀਆਂ ਬੀਬੀਆਂ ਹਯਾ ਕੋ ਜ਼ਬਾਨ ਹੋ ਕੇ ਆਦਨ ਅੱਬਾਸ ਸਾਕੋ ਬਜ਼ਾਰੇ ਟੁਰਨ ਦਾ ਡਾ ਨਹੀਂ ਆਂਦਾ ਕਿਵੇਂ ਟੁਰਿੰਦਾ ਹੈ ਕਿਵੇਂ ਟੁਰਿੰਦਾ ਹੈ ਕਿਵੇਂ ਟੁਰਿੰਦਾ ਹੈ ਅੱਬਾਸ ਨੇ ਸਾਰੀਆਂ ਬੀਬੀਆਂ ਕੋ ਇਕੱਠਾ ਕੀਤਾ ਹੈ ਫਰਮਾਇਆ ਇਸ ਤਰ੍ਹਾਂ ਲਾਈਨ ਬਣਾਓ ਲਾਈਨ ਬਣਾ ਕੇ ਸਾਰੀਆਂ ਬੀਬੀਆਂ ਇੱਕ ਬੈਠ ਦੇ ਪਿੱਛੋਂ ਹੁਣ ਆਜ਼ਾਦ ਰੋ ਜਿਹੜਾ ਬੰਦ ਰੂਹਾਨੀਅਤ ਦਾ ਪੜਦਾ ਪਿਆ ਮੋਹਰ ਲੱਗੀ ਹੋਈ ਅਗਰ ਸਮਝ ਆ ਗਈ ਮੁਸੱਲੇ ਤੇ ਰੋਸੋ ਉਹ ਤੱਤੀ ਵੀ ਸਭ ਦੀ ਆਸੂ ਕਬੂਲ ਫਰਮਾਵੇ ਅਜ਼ਾਦਾਰੋ ਸਾਰੀ ਰਾਤ ਇੰਤਜ਼ਾਰ ਕੀਤੀਏ ਅਲੀ ਅਕਬਰ ਦੀ ਆਸਾਨ ਸਿਰਫ ਤੁਸਾਂ ਨਹੀਂ ਜਿਹੜੀ ਬੀਬੀ ਸ਼ਾਮ ਛੁਆਈ ਜਿਹੜੀ ਬੀਬੀ ਬਕਜਾਈ ਛੁਆਈ ਹੈ ਉਸ ਕੋ ਵੀ ਇੰਤਜ਼ਾਰ ਹੈ ਬਿਮਾਰ ਕਰਬਲਾਏ ਉਸ ਕੋ ਵੀ ਇੰਤਜ਼ਾਰ ਹੈ ਬੜੀਏ ਮਕਬੂਲ ਮਜਲਿਸ ਹੁੰਦੀ ਜਾ ਰਹੀ ਹੈ ਮੌਲਾ ਬਾਨੀ ਆਮ ਦੇ ਖਲੂਸ ਵਿੱਚ ਇਜ਼ਾਫਾ ਫਰਮਾਵੇ ਆਓ ਜ਼ਿਆਦਾ ਇੰਤਜ਼ਾਰ ਨਹੀਂ ਕਰਾਂਗੇ ਉਹਨਾਂ ਪਾਕ ਹਸਤੀਆਂ ਤੋਂ ਜਿਹੜੇ ਦੂਰ ਪਤਾ ਨਹੀਂ ਆਸਾਨ ਹੈ ਆਸਾਨ ਤਾਂ ਰੋਜ਼ਾਨਾ ਹੁੰਦੀਆਂ
ਸਿਫਤਾਂ ਨੇ ਕੀ ਛਈਆਂ ਜ਼ਾਨ ਨੇ ਜੋ ਸਾਰਾ ਸਾਲ ਇਸ ਆਜ਼ਾਨ ਦੀ ਇੰਤਜ਼ਾਰ ਹੋਦੀ ਹੈ। ਇਹ ਆਜ਼ਾਨ ਦਾ ਹੀ ਮੌਜ ਹੈ ਜਿਸ ਵੇਲੇ ਮੈਂ ਆਇਆ ਕੁਛ ਬੰਦੇ ਸੁੱਤੇ ਹੋਏ ਹਨ, ਕੁਛ ਬੰਦੇ ਬੇਪਰਵਾਹੀ ਜੀਣੇ ਵੀ ਹੁਣ ਆਜ਼ਾਨ ਦਾ ਵੇਲਾ ਹੈ। ਕੋਈ ਐਸਾ ਇਸ ਆਜ਼ਾਨ ਵਿੱਚ ਕੋਈ ਦਰਦ ਹੈ, ਕੋਈ ਮੌਜ ਹੈ ਕਿ ਅੱਖਾਂ ਖੁੱਲ ਗਈਆਂ। ਇਹ ਆਜ਼ਾਨ ਤੁਸਾਂ ਸੁਣ ਕੇ 1400 ਸਾਲ ਤੋਂ ਬਾਅਦ ਤੁਹਾਡੀ ਇਹ ਹਾਲਤ ਹੈ ਤੇ ਅੱਲਾ ਜਾਣੇ ਅਲੀ ਦੀਆਂ ਧੀਆਂ ਨੇ ਆਜ਼ਾਨ ਕਿਵੇਂ ਸੁਣੀ। ਅੱਲਾ ਜਾਣੇ ਪਾਲਣ ਵਾਲੀ ਮਾਂ ਨੇ ਕਿਵੇਂ ਆਜ਼ਾਨ। ਅੱਲਾ ਜਾਣੇ ਉਸ ਬਾਬੇ ਨੇ ਕਿਵੇਂ ਆਜ਼ਾਨ ਸੁਣੀ ਉਸੀ ਜੈਕੋ ਪੱਤਰ ਅੱਜ ਅਕਬਰ ਦੀ ਆਖਰੀ ਆਜ਼ਾਨ ਹੈ। ਬਜ਼ੁਰਗਾਂ ਦਾ ਜਿਹੜਾ ਲਿਖਿਆ ਹੋਇਆ ਬੰਦ ਹੈ ਉਹ ਮੁਸੱਲੇ ਤੇ ਬਹਿ ਕੇ ਉਹਨਾਂ ਲਿਖੀ ਹੈ, ਉਹ ਮੈਨੂੰ ਹਰ ਸਾਲ ਪੜ੍ਹਨਾ ਪਾਉਂਦੇ, ਕਿਸੇ ਹੋਰ ਪੜ੍ਹਨ ਦੀ ਜ਼ਰੂਰਤ ਹੀ ਨਹੀਂ, ਉਹ ਕੋਈ ਮੁਗਲ ਸ਼ੁਦਾ ਹੈ। ਸਾਰੀ ਰਾਤ ਗੁਜ਼ਰ ਗਈ, ਅਲੀ ਅਕਬਰ ਆਪਣੀ ਮਾਂ ਕੋਲ ਇਜਾਜ਼ਤ ਲੈ ਜਾਏ, ਅਲੀ ਦੀ ਧੀ ਕੋਲ ਮੌਲਾ ਹੁਸੈਨ ਸਵਾਲੀ ਬਣ ਕੇ ਦੇਖ ਕੇ ਆ ਦੇਣ ਅੰਮਾ ਜਾਈ। 18 ਸਾਲ ਪਹਿਲੇ ਇੱਕ ਅਮਾਨਤ ਦਿੱਤੀ ਹਮ, ਅੱਜ ਉਸਦੀ ਮੈਨੂੰ ਜ਼ਰੂਰਤ ਪੈ ਗਈ। ਅੱਜ ਮੈਨੂੰ ਅਕਬਰ ਬੁਲਾ ਦੇ, ਅਲੀ ਦੀ ਧੀ ਨੇ ਅਕਬਰ ਤੋਂ ਜਿੱਥੇ ਤਬਰੁਕਾਤ ਵਾਲਾ ਸੰਦੂਕ ਮੰਗਾਏ, ਕਿਸੇ ਨਬੀ ਦੀ ਅਬਾ ਕਿਸੇ ਨਬੀ ਦੀ ਕਬਾ ਤਿਆਰ ਕਰਕੇ ਜਿਸ ਵੇਲੇ ਅਮਾਮੇ ਦੀ ਵਾਰੀ ਆਈ ਹੈ ਨਾ, ਮੌਲਾ ਹੁਸੈਨ ਫਰਮੈਨ ਅਮਾਮਾ ਮੈਂ ਬਥੇਰਾ, ਸਾਰੀਆਂ ਪਰਦਾਦਾਰਾਂ ਨੂੰ ਛੱਡੋ, ਅਜ਼ਾਦਾਰੋ ਪੜ੍ਹਦੇ ਆਏ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਵਲਾ ਨਬਲੁਵੰਨਕੁਮ ਬਿਸ਼ੈਇਨ ਮਿਨਲ ਖੌਫ ਵਲ-ਜੂਇ ਵਨਕਸ ਮਿਨਲ ਅਮਵਾਲ ਵਲ-ਅਨਫੁਸ ਸਲਾਮ ਕੀਤਾ ਮੇਰੇ ਇਮਾਮ ਫਰਮਾਨ ਪਾਲੋ ਇੰਨਾ ਦਿੱਤਾ ਇਹੀ ਵੇਲਾ ਵਕਤ ਨਹੀਂ, ਬਸ ਇਸੀ ਤਰ੍ਹਾਂ ਮੰਜ਼ਿਲ ਵਧਾਓ। ਹੁਸੈਨ ਨੇ ਆਪਣੇ ਪੁੱਤਰ ਕੋ ਕਿਸ ਤਰ੍ਹਾਂ
आजान शुरू की अली दी दीर दी आवाज आंदी है बंद करो कुरान मेरे अकबर दी सुन आजान अल्लाह अकबर बिस्मिल्लाह बंद करो कुरान मेरे अकबर दी आजान सुनो बहरान बपा हो जाए सारिया बीबियां दरवाजे ते आ गए अल्लाह वास्ते तवज्जो मेरे पास होवे तवज्जो मेरे पास करो सारिया बीबियां दरवाजे ते आए हैं ना हकल मार के आदन अकबर आजान दे बेच आज रोंदा बढ़िया
ਮਿਲਿਆ ਉਹਨੇ ਰਮਜ਼ਾਨ ਕੋ ਮੇਰੇ ਮੌਲਾ ਅਲੀ ਦੀ ਵੀ ਆਖਰੀ ਅਜ਼ਾਨ ਲੇਕਿਨ ਫਰਕ ਕਿ ਮੌਲਾ ਪਾਣੀ ਪੀਤਾ ਸ਼ੇਰੀ ਦੇ ਵਿੱਚ ਪਾਣੀ ਪੀ ਲਿਆ ਨੇ ਇਹ ਅਜ਼ਾਨ ਦੀ ਸ਼ਾਇਦ ਇਹ ਬਰਕਤ ਕਿ ਅਕਬਰ ਤਰਾਏ ਦੀ ਦਾ ਪਿਆਸ ਪਿਆਸ ਕੀਤਾ ਗੋਲ ਦਸਤਾ ਆਜ਼ਾਨ ਹੁਣ ਜਿਹੜੇ ਸਾਰੀ ਰਾਤ ਇੰਤਜ਼ਾਰ ਕਰਦੇ ਰਹੇ ਆਜ਼ਾਨ ਆਹਣ ਸੁਣੋ ਗੋਲ ਦਸਤਾ ਆਜ਼ਾਨ ਬੁਲੰਦ ਆਵਾਜ਼ ਨਾਲ ਦਿਨ ਅੱਲਾ Allah
Allah, 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 Allah
Allahumma salli ala Muhammad.